ਸਵਾਗਤ ਹੈ ਦੋਸਤੋ ਤੁਹਾਡਾ ਆਪਣਾ ਸਾਂਝਾ ਪੰਜਾਬ ਟੀਵੀ 'ਤੇ। ਮੈਂ ਭੁਪਿੰਦਰ ਸਿੰਘ ਸੱਜਣ। ਦੋਸਤੋ, ਇੱਕ ਬੜੇ ਹੀ ਅਹਿਮ ਵਿਸ਼ੇ ਵੱਲ ਤੁਹਾਡਾ ਧਿਆਨ ਲੈ ਕੇ ਜਾ ਰਿਹਾ। ਪਿਛਲੇ ਕੁਛ ਦਿਨਾਂ ਤੋਂ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਪੋਸਟਾਂ ਪੈ ਰਹੀਆਂ ਨੇ ਕਿ ਉੱਤਰਾਖੰਡ ਦੇ ਵਿੱਚ ਜਿਹੜਾ ਇੱਕ ਡੇਰੇਦਾਰ ਜਿਹਦਾ ਨਾਂ ਤਰਸੇਮ ਸਿਉਂ ਸੀਗਾ, ਵੀ ਉਹਦਾ ਮਰਡਰ ਹੋ ਚੁੱਕਾ ਹੈਗਾ। ਉਸ ਤੋਂ ਬਾਅਦ ਜਿਹਨਾਂ ਨੌਜਵਾਨਾਂ ਦੇ ਉੱਪਰ ਮਰਡਰ ਦਾ ਦੋਸ਼ ਲੱਗਾ, ਔਰ ਉਹਨਾਂ ਨੇ ਆਪ ਉਹਨਾਂ ਵਿੱਚ ਇੱਕ ਨੌਜਵਾਨ ਨੇ ਪੋਸਟ ਪਾ ਕੇ ਬਕਾਇਦਾ ਆਖਿਆ ਸੀਗਾ ਕਿ ਅਸੀਂ ਇਹਦਾ ਸੌਦਾ ਸੋਧਿਆ ਹੈਗਾ। ਉਸ ਤੋਂ ਬਾਅਦ ਬਹੁਤ ਜ਼ਿਆਦਾ ਤਰ੍ਹਾਂ ਦੀਆਂ ਚਰਚਾਵਾਂ ਹੋਈਆਂ। ਬਹੁਤ ਸਾਰੇ ਲੋਕ ਜਿਹੜਾ ਉਹ ਡੇਰੇਦਾਰ ਹੈਗਾ ਤਰਸੇਮ ਸਿੰਘ, ਉਹਦੇ ਹੱਕ ਦੇ ਵਿੱਚ ਖੜ ਗਏ, ਔਰ ਬਹੁਤ ਸਾਰੇ ਲੋਕ ਜਿਹੜੇ ਹੈਗੇ ਨੇ ਉਹ ਉਹਨਾਂ ਨੌਜਵਾਨਾਂ ਵਾਲੇ ਪਾਸੇ ਖੜ ਗਏ। ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈਗਾ ਕਿ ਜਿਹੜਾ ਉਹ ਡੇਰੇਦਾਰ ਹੈ ਤਰਸੇਮ ਸਿੰਘ, ਉਹ ਬਹੁਤ ਵਧੀਆ ਬੰਦਾ ਹੈਗਾ, ਪਰ ਕੌਮ ਦਾ ਇੱਕ ਵੱਡਾ ਹਿੱਸਾ ਉਹ ਇਹ ਕਹਿ ਰਿਹਾ ਕਿ ਨਹੀਂ, ਉਹ ਬਹੁਤ ਹੀ ਗਲਤ ਇਨਸਾਨ ਸੀਗਾ। ਪਰ ਜਿਹੜੀਆਂ ਕੁਛ ਸੱਚਾਈਆਂ ਇੱਦਾਂ ਸਾਹਮਣੇ ਚਿੱਟੇ ਦਿਨ ਵਾਂਗ ਸਾਫ਼ ਨੇ, ਉਹਨਾਂ ਵਿੱਚੋਂ ਇੱਕ ਸੱਚਾਈ ਤੁਸੀਂ ਸਾਰਿਆਂ ਨੇ ਵੇਖੀ ਹੋਊਗੀ। ਉਹ ਸੱਚਾਈ ਇਹ ਸੀਗੀ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਜੇ ਉੱਥੋਂ ਦਾ ਕੋਈ ਮੁੱਖ ਮੰਤਰੀ ਆਉਂਦਾ ਹੈਗਾ ਉੱਤਰਾਖੰਡ ਦਾ, ਅਤੇ ਉਹਦੀ ਆਉ ਭਗਤ ਦੇ ਵਾਸਤੇ ਉੱਥੇ ਲੜਕੀਆਂ ਨਚਾਈਆਂ ਜਾਂਦੀਆਂ ਨੇ, ਔਰਤਾਂ ਨਚਾਈਆਂ ਜਾਂਦੀਆਂ ਨੇ, ਤੋ ਇਹ ਇੱਕ ਬਹੁਤ ਹੀ ਵੱਡੀ ਗੱਲ ਸੀਗੀ, ਔਰ ਉਸ ਵੇਲੇ ਇਹਦੀ ਬੜੀ ਵੱਡੀ ਚਰਚਾ ਵੀ ਹੋਈ ਸੀਗੀ। ਭਾਈ ਅੰਮ੍ਰਿਤਪਾਲ ਸਿੰਘ ਨੇ ਵੀ ਇਸ ਮੁਤੱਲਕ ਉਹਨਾਂ ਦਿਨਾਂ ਦੇ ਵਿੱਚ ਗੱਲ ਕੀਤੀ ਸੀਗੀ। ਜਦੋਂ ਭਾਈ ਅੰਮ੍ਰਿਤਪਾਲ ਸਿੰਘ ਨੇ ਗੱਲ ਕੀਤੀ ਸੀ ਤਾਂ ਉਸ ਵੇਲੇ ਬਹੁਤ ਹੀ ਜ਼ਿਆਦਾ ਕੌਮ ਦੇ ਮਨ ਵਿੱਚ ਇੱਕ ਰੋਸ ਸੀਗਾ, ਇੱਕ ਰੋਹ ਸੀਗਾ ਕਿ ਇਹ ਦੁਸ਼ਟ ਕਰ ਕੀ ਰਿਹਾ ਹੈਗਾ। ਇੱਕ ਦੁਸ਼ਟ ਲਫ਼ਜ਼ ਜਿਹੜਾ ਹੈਗਾ ਤਰਸੇਮ ਸਿੰਘ, ਉਹਦੇ ਪ੍ਰਤੀ ਦੁਸ਼ਟ ਲਫ਼ਜ਼ ਕੌਮ ਦੇ ਮਨਾਂ ਦੇ ਵਿੱਚ ਘੁੰਮਣ ਲੱਗ ਪਿਆ ਸੀਗਾ। ਜਿਹਨਾਂ ਨੂੰ ਨਹੀਂ ਵੀ ਸੀ ਪਤਾ ਉਹਨਾਂ ਨੂੰ ਵੀ ਫਿਰ ਉਸ ਤੋਂ ਬਾਅਦ ਪਤਾ ਲੱਗ ਗਿਆ ਸੀਗਾ ਜਦੋਂ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਵੀ ਇਸ ਸੰਬੰਧ ਵਿੱਚ ਗੱਲ ਕੀਤੀ ਸੀਗੀ। ਹੁਣ ਜਿਹੜੀ ਤਾਜ਼ੀ ਗੱਲ ਹੈਗੀ ਆ, ਜਿਹਦੀ ਚਰਚਾ ਹੋ ਰਹੀ ਆ, ਉਹ ਇਹ ਹੈ ਕਿ ਉਸ ਘਟਨਾ ਤੋਂ ਬਾਅਦ ਉਹ ਨੌਜਵਾਨ ਅਮਰਜੀਤ ਸਿੰਘ, ਉਹਦਾ ਐਨਕਾਊਂਟਰ ਹੋ ਚੁੱਕਾ ਹੈ। ਐਨਕਾਊਂਟਰ ਤੋਂ ਬਾਅਦ ਜਿਹੜੀ ਗੱਲ ਸਾਹਮਣੇ ਫਿਰ ਇੱਕ ਆਈ ਕਿ ਉਹਦੀ ਨੌਜਵਾਨ ਦੀ ਲਾਸ਼ ਉੱਤਰਾਖੰਡ ਦੇ ਕਿਸੇ ਸਰਕਾਰੀ ਹਸਪਤਾਲ ਦੇ ਵਿੱਚ ਰੁਲ ਰਹੀ ਹੈ। ਕੀ ਲਾਸ਼ ਸੱਚਮੁੱਚ ਰੁਲ ਰਹੀ ਹੈ? ਇਸ ਵੇਲੇ ਤਾਜ਼ਾ ਸਥਿਤੀ ਕੀ ਹੈਗੀ ਆ? ਪਰਿਵਾਰ ਕਿੱਥੇ ਹੈਗਾ? ਪਰਿਵਾਰ ਨੇ ਉੱਥੇ ਤੱਕ ਪਹੁੰਚ ਕੀਤੀ ਆ ਜਾਂ ਨਹੀਂ? ਕੀ ਪੁਲਿਸ ਨੇ ਅੰਤਿਮ ਸੰਸਕਾਰ ਕਰ ਦਿੱਤਾ ਹੋਊਗਾ ਜਾਂ ਨਹੀਂ? ਕਿਉਂਕਿ 72 ਘੰਟਿਆਂ ਦਾ ਪੁਲਿਸ ਵੱਲੋਂ ਇੱਕ ਸਮਾਂ ਦਿੱਤਾ ਜਾਂਦਾ ਹੁੰਦਾ ਕਿ ਉਸ ਤੋਂ ਬਾਅਦ ਫਿਰ ਲਵਾਰਸ ਕਹਿ ਕੇ ਅਤੇ ਸੰਸਕਾਰ ਕਰ ਦਿੱਤਾ ਜਾਂਦਾ ਹੁੰਦਾ। ਸੋ ਇਹ ਕੁਛ ਸਵਾਲ ਹੈਗੇ ਆ ਜਿਹੜੇ ਸਾਰਿਆਂ ਦੇ ਮਨਾਂ ਵਿੱਚ ਘੁੰਮ ਰਹੇ ਨੇ। ਭਾਈ ਬਲਵੰਤ ਸਿੰਘ ਜੀ ਗੋਪਾਲਾ ਅੱਜ ਮੇਰੇ ਨਾਲ ਜੁੜਨਗੇ, ਉਹਨਾਂ ਦੇ ਕੋਲ ਇਹਨਾਂ ਬਹੁਤ ਸਾਰੇ ਸਵਾਲਾਂ ਦੇ ਜਵਾਬ ਹੈਗੇ ਆ ਜਿਹੜੇ ਕਿ ਉੱਧਰ ਨੂੰ ਜਾ ਰਹੇ ਨੇ। ਸਰਦਾਰ ਸਿਮਰਨਜੀਤ ਸਿੰਘ ਮਾਨ ਹੁਣਾਂ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਉਹਨਾਂ ਨੇ ਕੁਛ ਖਾਸ ਹਦਾਇਤਾਂ ਵੀ ਜਾਰੀ ਕੀਤੀਆਂ ਨੇ। ਉਹਨਾਂ ਦੀ ਜ਼ਬਾਨੀ ਸੁਣਦੇ ਆ ਕਿ ਮਾਨ ਸਾਹਿਬ ਨੇ ਉਹਨਾਂ ਨੂੰ ਕੀ ਕਿਹਾ ਔਰ ਉੱਧਰ ਨੂੰ ਕੀ ਕੁਝ ਕਰਨ ਜਾ ਰਹੇ ਨੇ, ਤਾਜ਼ਾ ਸਥਿਤੀ ਕੀ ਹੈਗੀ ਆ। ਭਾਈ ਗੋਪਾਲਾ ਜੀ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਗੋਪਾਲਾ ਜੀ, ਕੀ ਸਥਿਤੀ ਆ ਜੀ ਇਸ ਵੇਲੇ? ਆਪਾਂ ਸਾਰੇ ਘਟਨਾਕ੍ਰਮ ਤੋਂ ਤੇ ਜਾਣੂ ਹੈਗੇ ਆ, ਸਾਰੇ ਜਾਣੇ ਸਾਡੇ ਦਰਸ਼ਕ ਵੀ ਜਾਣਦੇ ਨੇ, ਮੋਟੀ ਮੋਟੀ ਗੱਲ ਮੈਂ ਦੱਸੀ ਦਿੱਤੀ ਹੈਗੀ ਆ। ਹੁਣ ਤੁਸੀਂ ਉੱਤਰਾਖੰਡ ਵਾਲੇ ਪਾਸੇ ਨੂੰ ਜਾ ਰਹੇ ਹੋ ਜੀ? ਹਾਂਜੀ ਸੱਜਣ ਜੀ, ਬੇਨਤੀ ਆ ਕਿ ਜਦੋਂ ਸਾਨੂੰ ਇਸ ਗੱਲ ਦਾ ਪਤਾ ਲੱਗਿਆ ਇਸ ਘਟਨਾ ਦਾ ਕਿ ਸਾਡਾ ਸਿੰਘ ਕਿ ਭਾਈ ਅਮਰਜੀਤ ਸਿੰਘ ਦਾ ਜਿਹੜਾ ਪੁਲਿਸ ਨੇ ਕਾਊਂਟਰ ਕਰ ਦਿੱਤਾ ਉੱਥੇ ਜੀ, ਉਦੋਂ ਬਾਅਦ ਜਾ ਕੇ ਫਿਰ ਮੈਂ ਤੇ ਭਾਈ ਲਹਿਣਾ ਸਿੰਘ ਜੀ ਦਮਦਮੀ ਟਕਸਾਲ ਅਸੀਂ ਦੋਵੇਂ ਸਿੰਘ ਜਾ ਕੇ ਸਰਦਾਰ ਮਾਨ ਸਾਹਿਬ ਨੂੰ ਮਿਲੇ ਜੀ, ਉਹਨਾਂ ਨੂੰ ਸਥਿਤੀ ਤੋਂ ਜਾਣੂ ਕਰਾਇਆ ਕਿਉਂਕਿ ਉਹ ਸੰਗਰੂਰ ਇਲੈਕਸ਼ਨ ਦੇ ਵਿੱਚ ਨੇ ਜੀ। ਤੇ ਪ੍ਰਧਾਨ ਸਾਹਿਬ ਨੇ ਫਿਰ ਇੱਕ ਜਿਹੜੀ ਲੈਟਰ ਹੁੰਦੀ ਉਹਨਾਂ ਦੀ, ਉਹਨਾਂ ਨੇ ਇੱਕ ਲੈਟਰ ਲਿਖੀ ਆ ਆਪਣੇ ਨਿੱਜੀ ਲੈਟਰ ਪੈਡ ਤੇ, ਜਿਹੜੀ ਕਿ ਉੱਥੋਂ ਦੇ ਡੀਸੀ ਨੂੰ ਲਿਖਿਆ ਉਹਨਾਂ ਨੇ ਕਿ ਜਿਹੜਾ ਸਾਡਾ ਸਿੰਘ ਹੈ ਇਹਦਾ ਜਿਹੜਾ ਐਨਕਾਊਂਟਰ ਕਰ ਦਿੱਤਾ ਇਹ ਬਹੁਤ ਗਲਤ ਕੀਤਾ, ਪੁਲਿਸ ਨੇ ਝੂਠਾ ਪੁਲਿਸ ਮੁਕਾਬਲਾ ਬਣਾਇਆ ਤੇ ਜਿਹੜਾ ਉਸਦਾ ਸਰੀਰ ਆ ਸਾਨੂੰ ਪਤਾ ਲੱਗਿਆ ਕਿ ਉਹ ਪੁਲਿਸ ਇਸ ਤਰ੍ਹਾਂ ਘੁਮਾ ਰਹੀ ਆ। ਪਹਿਲੋਂ ਉੱਤਰਾਖੰਡ ਦੇ ਕਿਸੇ ਹੋਸਪਿਟਲ ਦਾ ਹਰਿਦੁਆਰ ਰੱਖਿਆ ਗਿਆ ਸੀ
ਜੀ ਫਿਰ ਹੁਣ ਆ ਕੇ ਲੈ ਕੇ ਪਤਾ ਵੀ ਆਂਦੇ ਰੁੜਕੀ ਲੈ ਆਂਦਾ ਜੀ ਤੇ ਅਸੀਂ ਡੀਸੀ ਹਰਿਦੁਆਰ ਨੂੰ ਜਾ ਕੇ ਮਿਲਾਂਗੇ ਜੀ ਔਰ ਉੱਥੇ ਪੂਰੀ ਗੱਲ ਕਰਾਂਗੇ ਕਿ ਉਹਦਾ ਪਰਿਵਾਰ ਉਹਦਾ ਸਭ ਕੁਛ ਹੈਗਾ ਉਹ ਸਾਡਾ ਸਿੰਘ ਲਵਾਰਸ ਨਹੀਂ ਨਾ ਅਸੀਂ ਲਵਾਰਸ ਰਹਿਣ ਦੇਣਾ ਆਪਦੇ ਗੁਰਸਿੱਖ ਪੀਰ ਨੂੰ ਜੀ ਕਿਉਂਕਿ ਉਹਨਾਂ ਨੇ ਬਹੁਤ ਵੱਡੀ ਕੁਰਬਾਨੀ ਕੀਤੀ ਆ ਤੇ ਬਹੁਤ ਵੱਡੀ ਜਿਹੜੀ ਇੱਕ ਦਲੇਰੀ ਨਾਲ ਉਹਨੇ ਜਾ ਕੇ ਹੌਸਲੇ ਦੇ ਨਾਲ ਭਾਈ ਸਰਬਜੀਤ ਸਿੰਘ ਮੀਆਂਵਿੰਡ ਨੇ ਤੇ ਇਹ ਜਿਹੜਾ ਆ ਭਾਈ ਆਪਣਾ ਸਿੰਘ ਅਮਰਜੀਤ ਸਿੰਘ ਬਿੱਟੂ ਜੀ ਇਹ ਦੋਵੇਂ ਸਿੰਘ ਗਏ ਸੀ ਜੀ ਇਹਨਾਂ ਉਹਨੇ ਕਿਉਂਕਿ ਉੱਥੇ ਜਦੋਂ ਇੱਕ ਮੁੱਖ ਮੰਤਰੀ ਆਇਆ ਸੀ ਮੁੱਖ ਮੰਤਰੀ ਦੀ ਆਮਦ ਤੇ ਉਸਨੇ ਲੜਕੀਆਂ ਗੁਰਦੁਆਰਾ ਸਾਹਿਬ ਦੇ ਅੰਦਰ ਨਚਾਈਆਂ ਜੀ ਔਰ ਉਸਨੇ ਬਹੁਤ ਜ਼ਿਆਦੀਆਂ ਜਿਹੜੀਆਂ ਮਰਜ਼ਾਦਾ ਦੀਆਂ ਧੱਜੀਆਂ ਉਡਾਈਆਂ ਸੀ ਤਰਸੇਮ ਬਾਬੇ ਨੇ ਔਰ ਕੰਜਰੀ ਨਾਚ ਕੀਤਾ ਜਿਹੜਾ ਕਿ ਸਾਡੇ ਇਸ ਗੁਰਧਾਮ ਤੇ ਨਾਨਕ ਮੱਤਾ ਸਾਹਿਬ ਗੁਰੂ ਨਾਨਕ ਸਾਹਿਬ ਜੀ ਦਾ ਬਹੁਤ ਵੱਡਾ ਕੇਂਦਰੀ ਸਥਾਨ ਆ ਸਿੱਖਾਂ ਦਾ ਖਾਲਸੇ ਪੰਥ ਦਾ ਤੇ ਇਸ ਤਰ੍ਹਾਂ ਦੀਆਂ ਮਨਮਤੀਆਂ ਜਿਹੜਾ ਕਰਨਾ ਅੱਗੇ ਵੀ ਬਹੁਤ ਹੁੱਲੜਬਾਜ਼ੀ ਉਹ ਕਰਦਾ ਸੀ ਬਦਮਾਸ਼ੀ ਟਾਈਪ ਬਾਬਾ ਸੀ ਉਹ ਜੀ ਤੇ ਉਸਨੇ ਜਦੋਂ ਇਹ ਮੱਸੇ ਰੰਗੜ ਵਾਲੀ ਹਰਕਤ ਕਰ ਦਿੱਤੀ ਤਾਂ ਉਹਨਾਂ ਸਿੰਘਾਂ ਦੀ ਜ਼ਮੀਰ ਜਾਗੀ ਉਹਨਾਂ ਦੋ ਯੋਧਿਆਂ ਨੇ ਜਝਾਰੂਆਂ ਨੇ ਜਾ ਕੇ ਯੋਧਾ ਜਾ ਕੇ ਸੋਧਾ ਲਾਇਆ ਤਰਸੇਮ ਦਾ ਜੀ ਤੇ ਅੱਜ ਸਾਨੂੰ ਇੱਕ ਗੱਲ ਦਾ ਸੱਜਣ ਸਾਹਿਬ ਜੀ ਇਹ ਪਤਾ ਲੱਗਿਆ ਹੈ ਜਿਵੇਂ ਉਹਨਾਂ ਕਾਊਂਟਰ ਕਰਕੇ ਉਹ ਰੱਖ ਦਿੱਤਾ ਤੇ ਜਿਹੜੀ ਅਜੇ ਤੱਕ ਭਾਈ ਉਹਨਾਂ ਦੇ ਨਾਲ ਦਾ ਸਰਬਜੀਤ ਸਿੰਘ ਮੀਆਂਵਿੰਡ ਆ ਉਹਨਾਂ ਦਾ ਕੋਈ ਹੁਣ ਥੋੜਾ ਪਤਾ ਨੀ ਲੱਗ ਰਿਹਾ ਕਿ ਉਹ ਰੂਹ ਪੋਸ਼ ਨੇ ਜਾਂ ਕਿੱਥੇ ਆ ਸਾਨੂੰ ਖਦਸ਼ਾ ਹੈ ਕਿ ਕਿਤੇ ਨਾ ਕਿਤੇ ਮਾਨ ਸਾਹਿਬ ਨੇ ਵੀ ਗੱਲ ਆਖੀ ਆ ਵੀ ਇਹਨਾਂ ਨੇ ਦੋ ਸਿੰਘਾਂ ਦਾ ਹੀ ਨੁਕਸਾਨ ਨਾ ਕਿਤੇ ਕਰ ਦਿੱਤਾ ਵੀ ਇੱਕ ਨੂੰ ਸ਼ੋਅ ਕਰ ਦਿਓ ਤੇ ਇੱਕ ਨੂੰ ਗੁੰਮਨਾਮ ਕਰ ਦਿਓ ਜੀ ਹਾਂ ਇਹ ਇੱਕ ਹਾਂਜੀ ਕਿਉਂਕਿ ਉਹ ਵੀ ਹਾਲੇ ਤੱਕ ਨਹੀਂ ਤਾਂ ਨੌਜਵਾਨ ਕਈ ਵਾਰ ਨਾ ਆਪ ਸੋਸ਼ਲ ਮੀਡੀਆ ਦੇ ਉੱਪਰ ਆਣ ਕੇ ਦੱਸ ਦਿੰਦੇ ਹੁੰਦੇ ਆ ਕਿ ਮੈਂ ਠੀਕ ਠਾਕ ਹਾਂ ਪਰ ਵਾਕਈ ਹਾਲੇ ਤੱਕ ਇੱਦਾਂ ਦੀ ਗੱਲ ਵੀ ਪੋਸਟ ਕੋਈ ਨਹੀਂ ਪਈ ਹੈਗੀ ਉਸ ਨੌਜਵਾਨ ਦੇ ਵੱਲੋਂ ਸ਼ੱਕ ਦੇ ਘੇਰੇ ਵਿੱਚ ਬਹੁਤ ਕੁਝ ਹੋ ਸਕਦਾ ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ ਕਿ ਤੁਹਾਨੂੰ ਪਰ ਆਮ ਕਰਕੇ ਨਾ ਮੇਰੀ ਜਾਣਕਾਰੀ ਵਿੱਚ ਜੋ ਹੈਗਾ ਕਿ ਜਦੋਂ ਤੁਸੀਂ ਕਿਸੇ ਵੀ ਦੀ ਵੀ ਬੋਡੀ ਲੈਣ ਵਾਸਤੇ ਇੱਦਾਂ ਜਾਂਦੇ ਹੁੰਦੇ ਹੋ ਅਤੇ ਪਰਿਵਾਰ ਦਾ ਕੋਈ ਮੈਂਬਰ ਨਾਲ ਚਾਹੀਦਾ ਹੁੰਦਾ ਬਲੱਡ ਰਿਲੇਸ਼ਨ ਵਾਲਾ ਕੋਈ ਚਾਚੇ ਤਾਏ ਦਾ ਕੋਈ ਪੁੱਤ ਭਰਾ ਭਤੀਜਾ ਕੋਈ ਵੀ ਹੋਵੇ ਜਿੱਦਾਂ ਹੈ ਨਾ ਜੀ ਤੋ ਪਰਿਵਾਰ ਦੇ ਕਿਸੇ ਮੈਂਬਰ ਦੇ ਨਾਲ ਤੁਹਾਡੀ ਗੱਲ ਹੋ ਸਕੀ ਹੈ ਇਸ ਮੁਤਲਕ ਭਾਈ ਭੁਪਿੰਦਰ ਸਿੰਘ ਜੀ ਬੇਨਤੀ ਇਹ ਆ ਕਿ ਜਿਹੜਾ ਹੈਗਾ ਨਾ ਇੱਥੇ ਭਾਈ ਅਮਰਜੀਤ ਸਿੰਘ ਦੀ ਵਾਈਫ ਤੇ ਉਹਨਾਂ ਦੀਆਂ ਬੇਟੀਆਂ ਇੱਥੇ ਸੀ ਅੰਮ੍ਰਿਤਸਰ ਲਾਗੇ ਇਹਨਾਂ ਦਾ ਪਿੰਡ ਆ ਜੀ ਤੇ ਉੱਥੋਂ ਪੁਲਿਸ ਆਣ ਕੇ ਉਹਨਾਂ ਦੀਆਂ ਬੇਟੀਆਂ ਤੇ ਉਹਨਾਂ ਦੀ ਪਤਨੀ ਨੂੰ ਗ੍ਰਿਫਤਾਰ ਕਰਕੇ ਲੈ ਗਈ ਪੁਲਿਸ ਧੱਕੇ ਨਾਲ ਚੱਕ ਕੇ ਲੈ ਕੇ ਗਏ ਨੇ ਔਰ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਨਾਲ ਉੱਥੇ ਪੁਲਿਸ ਨੇ ਬਦਤਮੀਜੀ ਕੀਤੀ ਆ ਅੱਛਾ ਪੁਲਿਸ ਕੀਤਾ ਤੇ ਲੇਡੀ ਪੇਸ ਬੁਲਾ ਕੇ ਪੁਲਿਸ ਨੇ ਕਦੋਂ ਕਿ ਉਹਨਾਂ ਨੂੰ ਪੂਰੀ ਤਰ੍ਹਾਂ ਡਰਾਇਆ ਧਮਕਾਇਆ ਗਿਆ ਪਰਿਵਾਰ ਨੂੰ ਅੱਛਾ ਪੁਲਿਸ ਨੇ ਕਦੋਂ ਚੱਕਿਆ ਸੀ ਕਦੋਂ ਚੱਕਿਆ ਪੁਲਿਸ ਨੇ ਭਲਾ ਉਹਨਾਂ ਨੂੰ ਕੋਈ ਹੈ ਜਾਣਕਾਰੀ ਹਾਂ ਥੋੜੇ ਦਿਨ ਪਹਿਲਾਂ ਚੱਕ ਕੇ ਲੈ ਕੇ ਗਏ ਆ ਜਦੋਂ ਕਿ ਉਹ ਭਗੌੜੇ ਸੀ ਅੱਛਾ ਉਹਨਾਂ ਦੇ ਜਦੋਂ ਭਗੌੜੇ ਸੀ ਉਦੋਂ ਪੁਲਿਸ ਇਹਨਾਂ ਦੇ ਘਰਾਂ 'ਚ ਪਈ ਆ ਅੱਛਾ ਮੀਆਂਵਿੰਡ ਦਾ ਭਾਈ ਦੇ ਘਰੇ ਵੀ ਪਈ ਆ ਤੇ ਭਾਈ ਅਮਰਜੀਤ ਸਿੰਘ ਦਾ ਪਰਿਵਾਰ ਦੀਆਂ ਬੇਟੀਆਂ ਲੈ ਗਏ ਆ ਯੂਪੀ ਦੇ ਵਿੱਚ ਭਾਈ ਅਮਰਜੀਤ ਸਿੰਘ ਦਾ ਬਹੁਤ ਵੱਡਾ ਪਰਿਵਾਰ ਰਹਿ ਰਿਹਾ ਪਰ ਅਸੀਂ ਪਰਿਵਾਰ ਤਾਂ ਕਿਉਂ ਪਰਿਵਾਰ ਨੂੰ ਜੇ ਪ੍ਰਸ਼ਾਸਨ ਨੇ ਇੱਥੋਂ ਦੀ ਪੁਲਿਸ ਨੇ ਦਬਕਾਇਆ ਡਰਾਇਆ ਡਰਾਇਆ ਗਿਆ ਤਾਂ ਵੀ ਅਸੀਂ ਪਰਿਵਾਰ ਨਾਲ ਰਾਬਤਾ ਕਰਾਂਗੇ ਅਸੀਂ ਇੱਥੋਂ ਦੇ ਪ੍ਰਸ਼ਾਸਨ ਨਾਲ ਹੀ ਰਾਬਤਾ ਕਰਾਂਗੇ ਅਸੀਂ ਡੀਸੀ ਸਾਹਿਬ ਨੂੰ ਵੀ ਮਿਲਾਂਗੇ ਕਿ ਜਿਹੜਾ ਆ ਕਿ ਸਾਨੂੰ ਸਾਡੇ ਸਿੰਘ ਜਿਹੜਾ ਆ ਉਹਦਾ ਸਰੀਰ ਚਾਹੀਦਾ ਅਸੀਂ ਉਹਦਾ ਸੰਸਕਾਰ ਵੀ ਕਰਾਂਗੇ ਗੁਰਮਰਜ਼ਾਦਾ ਅਨੁਸਾਰ ਔਰ ਉਹਦਾ ਜਿਹੜਾ ਆ ਭੋਗ ਵੀ ਪਏਗਾ ਅਜਿਹਾ ਸਰਕਾਰ ਜਾਂ ਉਹ ਲੋਕ ਜਿਹੜੇ ਆ ਜਾਂ ਇਹ ਆਰ ਐਸ ਐਸ ਲੇਖਾ ਸਮਝਣ ਕਿ ਸਾਡਾ ਸਿੰਘ ਜਿਹੜਾ ਆ ਲਵਾਰਸ ਰੁਲ ਕੇ ਅਸੀਂ ਇਸ ਤਰ੍ਹਾਂ ਬੇਕਦਰ ਨਹੀਂ ਹੋਣ ਦੇਣਾ ਇਹ ਸਾਡੀ ਕੌਮ ਦਾ ਯੋਧਾ ਔਰ ਇਹ ਖਾਲਿਸਤਾਨੀ ਸੰਘਰਸ਼ ਦਾ ਸ਼ਹੀਦ ਆ ਜੀ ਔਰ ਗੁਰੂ ਸਾਹਿਬ ਕਿਰਪਾ ਕਰਨ ਉਹ
ਸ਼ਹੀਦ ਸਿੰਘ ਦੀਆਂ ਮੈਂ ਨਹੀਂ ਕਹਿ ਰਿਹਾ, ਅਸੀਂ ਪੰਥਕ ਤੌਰ ਤੇ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕਰਾਂਗੇ, ਬੇਨਤੀਆਂ ਕਰਾਂਗੇ ਕਿ ਅਸੀਂ ਇਹੋ ਜਿਹੇ ਨੌਜਵਾਨ ਸਿੰਘਾਂ ਦੀਆਂ ਜਿਹੜੀਆਂ ਤਸਵੀਰਾਂ ਅਜਾਇਬ ਘਰ ਦੇ ਵਿੱਚ ਇਹੋ ਜਿਹੇ ਸ਼ਹੀਦਾਂ ਦੀਆਂ ਲੱਗਣੀਆਂ ਚਾਹੀਦੀਆਂ ਜਿਨ੍ਹਾਂ ਨੇ ਕੁਛ ਕੌਮ ਲਈ ਕੀਤਾ। ਠੀਕ ਹੈ ਜੀ। ਔਰ ਚੜ੍ਹਦੀ ਕਲਾ ਵਾਲਾ ਜੁਝਾਰੂ ਸ਼ਹੀਦ ਆ, ਉਹ ਅਸੀਂ ਉਹਦੇ ਲਈ ਹਰ ਤਰ੍ਹਾਂ ਉਸ ਪਰਿਵਾਰ ਨਾਲ ਵੀ ਖੜਾਂਗੇ, ਪਰਿਵਾਰ ਨੂੰ ਜਾ ਕੇ ਪੁੱਛਾਂਗੇ ਵੀ ਉਹਨਾਂ ਦੀ ਸਾਰ ਲਵਾਂਗੇ ਕਿ ਪਰਿਵਾਰ ਕਿਸ ਹਾਲਾਤ ਦੇ ਵਿੱਚ ਆ। ਅਸੀਂ ਪੰਜਾਬ ਤੋਂ ਚਾਲੇ ਪਾ ਦਿੱਤੇ, ਅਸੀਂ ਰਸਤੇ ਚ ਪਹੁੰਚਣ ਵਾਲੇ ਆ, ਅਸੀਂ ਪਹੁੰਚ ਕੇ ਗੱਲਬਾਤ ਕਰਦੇ ਰਹਾਂਗੇ ਕਿ ਅਜਿਹਾ ਕਿਉਂ ਹੋਇਆ, ਪੁਲਿਸ ਨੇ ਬਹੁਤ ਧੱਕਾ ਕੀਤਾ, ਇਹ ਝੂਠਾ ਪੁਲਿਸ ਮੁਕਾਬਲਾ ਬਣਾਤਾ ਗਿਆ, ਸਿੰਘ ਨੂੰ ਗ੍ਰਿਫਤਾਰ ਕੀਤਾ ਉਹਨਾਂ ਨੂੰ, ਗ੍ਰਿਫਤਾਰ ਕਰਕੇ ਤਸ਼ੱਦਦ ਕਰਕੇ ਮਾਰਿਆ ਗਿਆ। ਇਹ ਕਹਿੰਦੇ ਆ ਕਿ ਮੁਕਾਬਲਾ ਹੋਇਆ, ਜੇ ਮੁਕਾਬਲੇ ਹੁੰਦੇ ਆ ਨਾ ਤੇ ਮੁਕਾਬਲੇ ਭਾਈ ਭੁਪਿੰਦਰ ਸਿੰਘ ਜੀ ਫਿਰ 91-92 ਵਾਲੇ ਮੁਕਾਬਲੇ ਸੀ ਉਹਨਾਂ ਨੂੰ ਮੁਕਾਬਲਾ ਕਹਿੰਦੇ ਆ। ਸਿੱਖ ਸੂਰਮੇ ਜਦੋਂ ਮੁਕਾਬਲਾ ਕਰਦੇ ਫਿਰ ਪਤਾ ਲੱਗਦਾ ਕਿ ਸਿੰਘਾਂ ਦਾ ਮੁਕਾਬਲਾ ਕਿਸ ਤਰ੍ਹਾਂ ਹੋਇਆ। ਇਹਨੂੰ ਮੁਕਾਬਲਾ ਨੀ, ਇਹ ਬੰਨ ਕੇ ਕਿਸੇ ਨੂੰ ਧੋਖੇ ਨਾਲ ਜਾ ਕੇ ਖੋਹ ਖੋਹ ਕੇ ਸ਼ਹੀਦ ਕਰ ਦੇਣਾ ਤੇ ਮੁੜ ਕੇ ਐਨਕਾਊਂਟਰ ਕਰ ਦੇਣਾ ਕਿ ਇਸਦਾ ਪੁਲਿਸ ਮੁਕਾਬਲੇ ਚ ਮਾਰਿਆ ਗਿਆ। ਸਸਕਾਰ ਵੀ ਕਰਾਂਗੇ, ਭੋਗ ਵੀ ਪਾਵਾਂਗੇ। ਜੀ ਜੀ ਜ਼ਰੂਰ। ਅੱਛਾ, ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣਾ ਨੇ ਜਿਹੜਾ ਤੁਸੀਂ ਕਿਹਾ ਕਿ ਇੱਕ ਲੈਟਰ ਸਾਨੂੰ ਲਿਖ ਕੇ ਦਿੱਤਾ ਹੈਗਾ, ਉਸ ਲੈਟਰ ਦੇ ਵਿੱਚ ਕੀ ਲਿਖਿਆ ਹੈਗਾ? ਮੇਰਾ ਖਿਆਲ ਆ ਹਰਿਦੁਆਰ ਦੇ ਡੀਸੀ ਸਾਹਿਬ ਦੇ ਨਾਮੇ ਹੈਗਾ ਲੈਟਰ ਨਾ ਜੀ, ਉਹ ਕੀ ਹੈ ਉਹਦੇ ਵਿੱਚ? ਉਹਨਾਂ ਦੇ ਨਾਂ ਲਿਖੀ ਆ ਜੀ, ਉਹਨਾਂ ਨੇ ਇਹੋ ਲਿਖਿਆ ਉੱਥੋਂ ਦੇ ਡੀਸੀ ਨੂੰ ਜੀ ਕਿ ਜਿਹੜਾ ਸਾਡੀ ਜਥੇਬੰਦੀ ਦਾ, ਸਾਡੀ ਕੌਮ ਦਾ ਇਹ ਸਾਡਾ ਜੁਝਾਰੂ ਨੌਜਵਾਨ ਆ ਤੇ ਇਸ ਤਰ੍ਹਾਂ ਇਹ ਕੋਈ ਲਵਾਰਸ ਨਹੀਂ ਗਾ, ਇਹਦੇ ਵਾਰਸ ਜਿੰਦਾ ਨੇ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਔਰ ਪੂਰੀ ਪਾਰਟੀ ਉਸ ਪਰਿਵਾਰ ਦੇ ਨਾਲ ਖੜੀ ਆ। ਤੇ ਡੀਸੀ ਸਾਹਿਬ ਆਹ ਦੋ ਸਿੰਘ ਨੇ, ਭਾਈ ਲਹਿਣਾ ਸਿੰਘ ਤੇ ਭਾਈ ਬਲਵੰਤ ਸਿੰਘ ਗੋਪਾਲਾ ਨੂੰ ਅਸੀਂ ਦੋਵਾਂ ਸਿੰਘਾਂ ਨੂੰ ਭੇਜ ਰਿਹਾ ਮੈਂ ਇੱਥੋਂ ਜੀ, ਤੇ ਅਸੀਂ ਇਹਦੀ ਪੂਰੀ ਪਰਿਵਾਰ ਦੇ ਨਾਲ ਆ ਤੇ ਇਹਦੇ ਸਰੀਰ ਦੀ ਮੰਗ ਕਰਨਗੇ। ਜੇ ਕੋਈ ਇਸ ਦੇ ਵਿੱਚ ਕੋਈ ਆਉਂਦੀ ਆ ਤੇ ਅਸੀਂ ਆਪਣੇ ਵਕੀਲ ਵੀ ਕਰਾਂਗੇ, ਅਸੀਂ ਕਾਨੂੰਨੀ ਲੜਾਈ ਵੀ ਲੜਾਂਗੇ ਉਸ ਲਈ। ਜੀ 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 ਹਾਂ, ਇਹ ਜਿਹਾ ਕੋਈ ਕੱਚੀ ਗੱਲ ਨਹੀਂ ਕੀਤੀ, ਮਾਨ ਸਾਹਿਬ ਨੇ ਠੋਕ ਕੇ ਲੈਟਰ ਲਿਖੀ ਉੱਥੋਂ ਦੇ ਡੀਸੀ ਨੂੰ। ਅਜਿਹੀ ਕਤਾਈਆਂ ਇਹੋ ਜਿਹੀਆਂ ਇਹ ਹਰਕਤਾਂ ਹੁਣ ਨਹੀਂ ਚੱਲਣੀਆਂ ਜੀ। ਗੋਪਾਲਾ ਜੀ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਜੀ, ਮਨੁੱਖੀ ਅਧਿਕਾਰਾਂ ਦੀ ਇਹ ਉਲੰਘਣਾ ਆ। ਪਰ ਆਪਾਂ ਜਦੋਂ ਪਿੱਛੇ ਝਾਤ ਮਾਰ ਕੇ ਦੇਖਦੇ, ਇੱਥੇ ਬਹੁਤ ਕੁਛ ਪੰਜਾਬ ਦੇ ਵਿੱਚ ਇੱਦਾਂ ਦਾ ਵਾਪਰ, ਇੱਥੇ ਦੇ ਪਰਿਵਾਰ ਇੱਦਾਂ ਦੇ ਹੈਗੇ ਨੇ, ਅੱਜ ਵੀ ਦੱਸਦੇ ਆ ਜਦੋਂ ਮੈਂ ਇੰਟਰਵਿਊ ਕਰਨ ਦੇ ਵਾਸਤੇ ਉਹਨਾਂ ਦੇ ਕੋਲ ਜਾਣਾ ਹੈਗਾ, ਕਈ ਦੱਸਦੇ ਕਹਿੰਦੇ ਕਿ ਸਾਨੂੰ ਤੇ ਲਾਸ਼ ਵੀ ਨਹੀਂ ਦਿੱਤੀ ਗਈ, ਕਈ ਮਾਵਾਂ ਅੱਜ ਵੀ ਉਡੀਕਦੀਆਂ ਨੇ ਕਿ ਸਾਨੂੰ ਡੈਥ ਸਰਟੀਫਿਕੇਟ ਹੀ ਦੇ ਦਿਓ, ਸਾਨੂੰ ਤਸੱਲੀ ਤਾਂ ਹੋ ਜਾਏ ਕਿ ਸਾਡਾ ਪੁੱਤ, ਸਾਡਾ ਭਰਾ, ਕਿਸੇ ਬੀਬੀ ਦਾ, ਵੀ ਸਾਨੂੰ ਪਤਾ ਲੱਗ ਜਾਵੇ ਕਿ ਮੇਰਾ ਘਰ ਵਾਲਾ ਨਹੀਂ ਰਿਹਾ, ਡੈਥ ਸਰਟੀਫਿਕੇਟ ਹੀ ਉਡੀਕ ਰਹੀਆਂ ਨੇ, ਬਹੁਤ ਕੁਝ ਵਾਪਰਿਆ ਇੱਥੇ। ਮੈਂ ਇੱਥੇ ਕਈ ਨੌਜਵਾਨ, ਇੱਕ ਹੈਗਾ ਜੀ ਹੁਸ਼ਿਆਰਪੁਰ ਜ਼ਿਲ੍ਹੇ 'ਚ ਪੈਂਦਾ ਭਾਈ ਸਰਬਜੀਤ ਸਿੰਘ ਜੌਲ, ਭਾਈ ਗੋਪਾਲਾ ਜੀ ਚਿਖਾ ਚਿਣ ਦਿੱਤੀ ਗਈ ਸੀ ਉਹਨਾਂ ਸਮੇਂ ਦੀ ਗੱਲ ਕਰਨੇ, ਚਿਖਾ ਦੇ ਵਿੱਚੋਂ ਕਢਵਾ ਕੇ ਲੈ ਕੇ ਆਏ ਸੀ ਪਰਿਵਾਰ ਵਾਲੇ, ਫਿਰ ਲਿਆਉਣ ਕੇ ਉਹਨਾਂ ਨੇ ਸੰਸਕਾਰ ਕੀਤਾ ਸੀਗਾ, ਵਰਨਾ ਤਾਂ ਉਹ ਲਵਾਰਸ ਕਹਿ ਕੇ ਸਭ ਕੁਛ ਕਰ ਦੇਣਾ ਸੀਗਾ ਉਹਨਾਂ ਨੇ ਸੰਸਕਾਰ। ਅੱਛਾ, ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ, ਤੁਹਾਡੇ ਕੋਲ ਪੁਖਤਾ ਪੱਕੀ ਜਾਣਕਾਰੀ ਹੈ, ਜਿੱਦਾਂ ਹੁਣ ਆਮ ਕਰਕੇ 72 ਘੰਟੇ ਦਾ ਸਮਾਂ ਦਿੱਤਾ ਜਾਂਦਾ, 72 ਘੰਟੇ ਦਾ, ਭਈ ਕੋਈ ਸਾਹਮਣੇ ਆਓ ਪਰਿਵਾਰ, ਨਹੀਂ ਤਾਂ ਫਿਰ ਲਵਾਰਸ ਕਹਿ ਕੇ ਪੁਲਿਸ ਉਹ ਕਰ ਦਿੰਦੀ ਹੁੰਦੀ ਆ ਸੰਸਕਾਰ ਆਪਣੇ ਹਿਸਾਬ ਨਾਲ, ਤੇ 72 ਘੰਟੇ ਤਾਂ ਕਦੋਂ ਦੇ ਬੀਤ ਚੁੱਕੇ ਆ? ਤੁਹਾਡੇ ਕੋਲ ਹੈ ਕੋਈ ਜਾਣਕਾਰੀ ਭਈ ਹਾਲੇ ਤੱਕ ਸੰਸਕਾਰ ਨਹੀਂ ਕੀਤਾ ਹੋਊਗਾ? ਬਿਲਕੁਲ ਸੰਸਕਾਰ ਨਹੀਂ ਕੀਤਾ, ਰੁੜਕੀ ਦੇ ਵਿੱਚ, ਰੁੜਕੀ ਹਸਪੀਟਲ ਦੇ ਵਿੱਚ ਉਹਨਾਂ ਦੀ ਸਰੀਰ ਨੂੰ ਰੱਖਿਆ ਗਿਆ ਹੈ, ਰੁੜਕੀ ਹਸਪੀਟਲ ਜੀ। ਹਾਂ ਜੀ ਹਾਂ ਜੀ, ਉਹਨਾਂ ਦੀ ਬੋਡੀ ਰੱਖੀ ਗਈ ਹੈ ਜੀ, ਅਸੀਂ ਇਹ ਸਾਰੀ ਜਾਣਕਾਰੀ ਉੱਥੋਂ ਦੀ ਪੁਲਿਸ ਤੇ, ਫਿਰ ਅਸੀਂ ਜੋ ਵੀ ਹੋਇਆ ਇਹ ਖਾਲਸਾ ਪੰਥ ਫੈਸਲਾ ਕਰੇਗਾ ਕਿ ਕੀ ਕਰਨਾ, ਆਪਾਂ ਅਗਾਂਹ ਜਥੇਬੰਦੀਆਂ ਨੇ ਕੀ ਕਰਨਾ, ਸਰਦਾਰ ਮਾਨ ਸਾਹਿਬ ਪੂਰੀ ਪਾਰਟੀ ਦੀ ਮੀਟਿੰਗ ਬੁਲਾ ਕੇ ਫੈਸਲਾ ਲੈਣਗੇ, ਇਹ ਸਰਾਸਰ ਧੱਕਾ ਹੋਵੇਗਾ।
ਜੀ ਜੀ ਉਸਦਾ ਲਵਾਰਸ ਕਹਿ ਕੇ ਪੁਲਿਸ ਨੇ ਸੰਸਕਾਰ ਕਰਨ ਜਾਂ ਲਾਸ਼ ਨੂੰ ਖੁਰਦ ਬੁਰਦ ਕਰਨ ਦਾ ਯਤਨ ਕੀਤਾ ਤਾਂ ਬਹੁਤ ਇਹ ਗਲਤ ਹੋਵੇਗਾ, ਠੀਕ ਨਹੀਂ ਹੋਵੇਗਾ। ਜੋ ਕੁਛ ਪਿੱਛੇ ਵਾਪਰਦਾ ਰਿਹਾ ਸਰਕਾਰਾਂ ਫੇਰ ਉਹੀ ਚਾਲਾਂ ਦੇ ਉੱਤਰ ਆਈਆਂ ਨੇ ਜੀ। ਅਜਿਹਾ ਸਰਕਾਰ ਸਾਡੇ ਨਾਲ ਸਾਡੇ ਨੌਜਵਾਨ ਨਾਲ ਇਸ ਤਰ੍ਹਾਂ ਦਾ ਵਿਵਹਾਰ ਨਾ ਕਰੇ ਜੀ, ਇਹ ਠੀਕ ਨਹੀਂ ਹੋਵੇਗਾ, ਬਿਲਕੁਲ ਗਲਤ ਆ। ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਬਹੁਤ ਕੁਛ ਸਾਡੇ ਨਾਲ ਕਰਕੇ ਦੇਖ ਲਿਆ, ਕਿਉਂਕਿ ਜਿਹੜੀ ਗੱਲ ਤੁਸੀਂ ਇੱਥੇ ਆ ਭਾਈ ਭਿੰਦਰ ਸਿੰਘ ਜੀ, ਇਹ ਕੁਛ ਹੁੰਦਾ ਰਿਹਾ ਜੇ ਕਈ ਪਰਿਵਾਰਾਂ ਨੂੰ ਉਹਨਾਂ ਦੇ ਸ਼ਹੀਦ ਸਿੰਘਾਂ ਦੇ ਬਸਤਰ ਦਿਖਾਏ ਜਾਂਦੇ ਸੀ ਕਿ ਆਹ ਤੁਹਾਡੇ ਪੁੱਤ ਦਾ ਚੂਲਾ ਹੈ ਜੀ, ਆਹ ਪਿੰਟ ਚੜ ਜਾਂ ਕੁੜਤਾ ਪਜਾਮਾ ਤੁਹਾਡੇ ਆ, ਆਹ ਦੇਖ ਲਓ ਇਹ ਤੁਹਾਡਾ ਹੀ ਆ, ਖੂਨ ਲਹੂ ਲਿਬੜੀਆਂ ਜਿਹੜੀਆਂ ਸਰੀਰ ਦੇ ਬਸਤਰ ਵਿਖਾ ਕੇ ਇਹਦੇ ਪਰਿਵਾਰ ਨੂੰ ਤੋਰ ਦਿੱਤਾ ਜਾਂਦਾ ਸੀ ਜੀ ਜੀ, ਦੱਸ ਦੇ ਪਰਿਵਾਰ ਦੇ ਦੱਸ ਦੇ ਲਾਸ਼ਾਂ ਤੱਕ ਨਹੀਂ ਦਿੱਤੀਆਂ ਜੀ, ਅਸਤੀਆਂ ਤੱਕ ਨਹੀਂ, ਭਾਈ ਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਉਹਨਾਂ ਦਾ ਸਰੀਰ ਨਹੀਂ ਮਿਲਿਆ ਜੀ, ਭਾਈ ਸਤਵੰਤ ਸਿੰਘ ਸਰਕਾਰ ਕੀਤੇ ਜੀ, ਭਾਈ ਸਤਵੰਤ ਸਿੰਘ ਤੇ ਕੇਰ ਸਿੰਘ ਦਾ ਸਰੀਰ ਨਹੀਂ ਦਿੱਤਾ ਹਾਂ ਜੀ, ਕਿੰਨੇ ਝੜਾਰੂ ਸਿੰਘਾਂ ਦਾ, ਬਾਬਾ ਗੁਰਬਚਨ ਸਿੰਘ ਮਾਣੋਚਾਲ, ਭਾਈ ਗੁਰਜੰਟ ਸਿੰਘ, ਬੁੱਧ ਸਿੰਘ ਵਾਲਾ, ਭਾਈ ਸੁਖਦੇਵ ਸਿੰਘ ਬੱਬਰ, ਕਿਹੜੇ ਕਿਹੜੇ ਮਹਾਨ ਸੂਰਬੀਰ ਯੋਧਿਆਂ ਜਰਨੈਲਾਂ ਦੇ ਪਰਿਵਾਰਾਂ ਨੂੰ ਜਿਹੜੇ ਆ ਉਹਨਾਂ ਦੀਆਂ ਪਵਿੱਤਰ ਦੇਹਾਂ ਦੇ ਦਰਸ਼ਨ ਤੱਕ ਨਹੀਂ ਕਰਾਏ ਗਏ ਜੀ, ਦੱਸਿਆ ਨਹੀਂ ਗਿਆ ਜੇ ਆ ਕੁਛ ਸਿੱਖ ਕੌਮ ਨਾਲ ਜੇ ਝੜਾਰੂ ਸੂਰਮਿਆਂ ਨਾਲ ਵਾਪਰਦਾ ਹੈ ਜੀ ਜੀ, ਪਰ ਆ ਜਿਹੜਾ ਧੱਕਾ ਹੈ ਜਿਹੜਾ ਪੁਲਿਸ ਨੇ ਝੂਠਾ ਪੁਲਿਸ ਮਾਮਲਾ ਬਣਾਇਆ ਹੈ, ਬਹੁਤ ਗਲਤ ਆ, ਔਰ ਅਸੀਂ ਇਸ ਗੱਲ ਤੇ ਆਪਣੀ ਤੇ ਜਿੰਨੇ ਜੋਗੇ ਅਸੀਂ ਗੱਲ ਠੋਕ ਹੋ ਜਾ ਕੇ ਕਰਾਂਗੇ, ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪੂਰੀ ਪਾਰਟੀ ਉਸ ਪਰਿਵਾਰ ਨਾਲ ਆ, ਔਰ ਖਾਲਸਾ ਪੰਥ ਤੇ ਜਥੇਬੰਦੀਆਂ ਫੈਸਲਾ ਕਰਨ, ਤਗੜੇ ਹੋ ਕੇ ਪਈਏ, ਔਰ ਇਸ ਤਰ੍ਹਾਂ ਸਾਨੂੰ ਬੁਜ਼ਦਲਤਾ ਤੇ ਗੈਰਤ ਜਿਹੜੀ ਆ ਇਹ ਨਹੀਂ ਵਿਖਾਉਣੀ ਚਾਹੀਦੀ, ਉੱਥੇ ਹਿੰਮਤ ਕਰਨੀ ਚਾਹੀਦੀ ਆ ਜੀ, ਔਰ ਸਾਨੂੰ ਡਟ ਕੇ ਜਿਵੇਂ ਕਿ ਭੈਣ ਜੀ ਸੰਦੀਪ ਕੌਰ ਉਹਨਾਂ ਨੇ ਬਹੁਤ ਵਧੀਆ ਸਾਨੂੰ ਉੱਥੋਂ ਕਾਫੀ ਗੱਲਾਂ ਦੱਸੀਆਂ ਜੀ ਜੀ, ਉਹ ਵੀ ਕਹਿੰਦੇ ਸੀ ਅਸੀਂ ਵੀ ਤੁਹਾਡੇ ਨਾਲ ਆ ਜਾਂਦੇ ਹਾਂ, ਉਹ ਵੀ ਮਗਰ ਆ ਰਹੇ, ਸ਼ਾਇਦ ਆ ਰਹੇ ਪਹੁੰਚ ਜਾਣ ਜੀ, ਹੋਈ ਸੀ ਗੱਲ, ਬਾਬਾ ਖੁਸ਼ੀ ਸਿੰਘ, ਇਹ ਸਾਰੇ ਸਿੰਘ ਅਸੀਂ ਚੜ੍ਹਦੀ ਕਲਾ ਦੇ ਵਿੱਚ ਕਾਇਮ ਆ, ਔਰ ਪੂਰੀ ਤਰ੍ਹਾਂ ਅਸੀਂ ਆਪਣੀ ਜਿਹੜੀ ਪਹਿਰੇਦਾਰੀ ਨਿਭਾਵਾਂਗੇ, ਖੜਾਂਗੇ ਔਰ ਮੰਗ ਕਰਾਂਗੇ, ਅਸੀਂ ਬਿਲਕੁਲ ਆਪਣੀ ਮੰਗ ਤੋਂ ਪਿੱਛੇ ਨਹੀਂ ਹਟਣਾ, ਆਪਣੇ ਸਿੰਘ ਦਾ ਸਰੀਰ ਮੰਗਾਂਗੇ ਜੀ ਅਸੀਂ ਜੀ। ਵਾਕਈ ਭਾਈ ਗੋਪਾਲ ਜਿੱਦਾਂ ਤੁਸੀਂ ਜ਼ਿਕਰ ਕੀਤਾ, ਬੀਬੀ ਸੰਦੀਪ ਕੌਰ ਮੇਰੀ ਕੱਲ੍ਹ ਉਹਨਾਂ ਨਾਲ ਗੱਲ ਹੋਈ ਸੀਗੀ, ਬਖਸ਼ੀਸ਼ ਸਿੰਘ ਹੋਣਾਂ ਤੁਸੀਂ ਜ਼ਿਕਰ ਕੀਤਾ, ਇੱਦਾਂ ਹੀ ਭਾਈ ਸੁਖਜੀਤ ਸਿੰਘ ਖੋਸੇ ਹੋਰੀ ਉਹਨਾਂ ਨੇ ਵੀ ਪੋਸਟ ਪਾਈ ਸੀਗੀ, ਉਹ ਵੀ ਯਤਨਸ਼ੀਲ ਨੇ, ਅਤੇ ਮੁਕੇਰੀਆਂ ਤੋਂ ਭਾਈ ਦਵਿੰਦਰ ਸਿੰਘ ਸਤਿਕਾਰ ਕਮੇਟੀ ਵਾਲੇ ਸਾਰੇ ਦਾ ਯਤਨਸ਼ੀਲ ਹੈਗਾ। ਭਾਈ ਗੋਪਾਲਾ ਜੀ ਮੇਰਾ ਇੱਕੋ ਹੀ ਸਵਾਲ ਰਹਿ ਗਿਆ, ਜਿਹੜੇ ਉਹ ਸੱਜਣ ਜਿਹੜੇ ਇਹ ਗੱਲ ਕਹਿੰਦੇ ਆ ਕਿ ਤਰਸੇਮ ਸਿੰਘ ਬਾਬਾ ਜੀ ਸਤਿਕਾਰਯੋਗ ਨੇ, ਔਰ ਜਿੱਦਣ ਉਹਨਾਂ ਦੇ ਨਿਮਿੱਤ ਕਹਿੰਦੇ ਵੀ ਅੰਤਮ ਅਰਦਾਸ ਹੋਈ ਆ, ਪਾਠ ਦੇ ਭੋਗ ਪਏ ਹੈਗੇ ਆ, ਉੱਦਣ ਵੱਡਾ ਇਕੱਠ ਉੱਥੇ ਹੋਇਆ ਸੀਗਾ, ਹੁਣ ਜਿਹੜੇ ਲੋਕ ਇੱਦਾਂ ਸਮਝਦੇ ਆ ਕਿ ਬਹੁਤ ਇੱਕ ਵਧੀਆ ਉੱਚੀ ਸੁੱਚੀ ਸ਼ਖਸੀਅਤ ਸੀਗੇ, ਔਰ ਉਹਦੇ ਵਿੱਚ ਮੈਂ ਹੁਣ ਕਿਸੇ ਦਾ ਨਾਮ ਨਹੀਂ ਲਊਂਗਾ, ਬੜੀਆਂ ਸਤਿਕਾਰਯੋਗ ਸ਼ਖਸੀਅਤਾਂ ਹੁੰਦੀਆਂ ਨੇ ਜਿਨ੍ਹਾਂ ਦਾ ਪਿਛਲੇ ਸਮੇਂ ਦੇ ਵਿੱਚ ਬੜਾ ਇੱਕ ਸੰਘਰਸ਼ ਦੇ ਵਿੱਚ ਯੋਗਦਾਨ ਵੀ ਰਿਹਾ, ਇੱਕ ਕੋਈ ਉੱਦਾਂ ਦੀ ਭੈਣ ਵੀ ਉੱਥੇ ਜਾ ਕੇ ਜੇ ਹਾਜ਼ਰੀ ਭਰ ਆਵੇ, ਤਾਂ ਉਹਨਾਂ ਦਾ ਕਹਿਣਾ ਹੋਵੇ ਕਿ ਨਹੀਂ, ਜਦੋਂ ਇੱਕ ਉਹ ਸਮਾਂ ਸੀਗਾ ਅਤੇ ਬੜੇ ਨਾਲ ਸਾਡੇ ਸੰਘਰਸ਼ ਦੇ ਇਹ ਤੁਰਦੇ ਰਹੇ ਆ, ਤਾਂ ਉਸ ਵੇਲੇ ਫਿਰ ਬੜਾ ਔਖਾ ਜਿਹਾ ਹੋ ਜਾਂਦਾ ਇੱਦਾਂ ਨਾ ਨਖੇੜਾ ਜਿਹਾ ਕਰਨਾ ਸਾਰੇ ਕਾਸੇ ਦਾ ਜੀ। ਭਾਈ ਸਾਹਿਬ ਉਹ ਸਮੇਂ ਜਦੋਂ ਮੱਛੇ ਰੰਗੜ ਨੇ ਕੰਜਰੀਆਂ ਨਚਾਈਆਂ ਤੇ ਸਾਰਾ ਕੁਝ ਕੀਤਾ ਸੀ ਨਾ ਜੀ ਜੀ, ਦੋਨੋਂ ਵੀ ਉਹੋ ਜਿਹੇ ਲੋਕ ਹੈਗੇ ਸੀ ਜਿਨ੍ਹਾਂ ਇਹ ਗੱਲਾਂ ਆਖੀਆਂ ਸੀ, ਤੇ ਜਿਹੜਾ ਇੱਥੇ ਪੂਲਾ ਜੋ ਕਰਮ ਕਰਦਾ ਰਿਹਾ, ਜੋ ਪਾਪ ਕਰਦਾ ਰਿਹਾ, ਜੀਤਾ ਪੂਲਾ ਨਿਹੰਗ ਬਾਣੇ ਚ ਜੀ, ਉਦੋਂ ਵੀ ਬਹੁਤ ਸਾਰੇ ਲੋਕ ਕਹਿੰਦੇ ਸੀ ਕਿ ਬਾਬਾ ਅਜੀਤ ਸਿੰਘ ਪੂਲਾ ਬਹੁਤ ਵਧੀਆ ਆਏ ਆ, ਜਿਉਂ ਆ ਜੀ ਬੜੇ ਚੰਗੇ ਕੰਮ ਕਰਦਾ ਜੀ, ਪਰ ਜੋ ਗੰਦ ਪੂਲੇ ਨੇ ਪਾਇਆ ਸੀ ਤੇ ਜੋ ਇਹਨੇ ਕੰਮ ਕਰਕੇ ਵਿਖਾਇਆ ਜੀ, ਇਹਨਾਂ ਲੋਕਾਂ ਨੂੰ ਅਸੀਂ ਚੰਗੇ, ਸਾਡੀ ਜਮਾਨਤ ਤਾਂ ਚੰਗੇ ਨਹੀਂ ਕਹਿ ਸਕਦੇ, ਅਸੀਂ ਤਾਂ ਲਾਹਨਤਾਂ ਪਾਵਾਂਗੇ, ਤੇ ਉਹ ਨਰਾਇਣੂ ਮਹੰਤ ਤੇ ਮੱਸੇ ਰੰਗੜਾਂ ਦੀ ਰੂਹ ਸੀ ਉਹਦੇ ਵਿੱਚ, ਇਹ ਤਰਸੇਮ ਦੇ ਵਿੱਚ
ਉਹਨੇ ਆਪਣੀ ਜਿਹੜੀ ਉਹ ਮੱਸੇ ਰੰਗੜ ਤੇ ਨਿਹੰਗ ਪੂਲੇ ਵਾਲਾ ਕੰਮ ਕਰਕੇ ਵਿਖਾਏ ਆ ਜੀ, ਤੇ ਸਿੰਘਾਂ ਨੇ ਉਹਨਾਂ ਨੂੰ ਸੋਧ ਕੇ ਜੋ ਆਪਣਾ ਇਤਿਹਾਸ ਸਿਰਜਿਆ ਸਿੱਖ ਰਵਾਇਤਾਂ ਅਨੁਸਾਰ ਉਹਨਾਂ ਯੋਧਿਆਂ ਨੇ ਬਦਲਾ ਲਿਆ ਸੀ, ਤਾਂ ਫਿਰ ਇਹ ਆਖਾਂਗੇ ਜੀ ਉਹ ਸੂਰਬੀਰ ਯੋਧੇ ਸੀ ਜੋ ਮੱਸਾ ਰੰਗੜ ਤੇ ਨਰਾਣੂ ਮੱਤ ਸੀ ਜੀ। ਗੋਪਾਲਾ ਜੀ, ਜਾਂਦੇ ਜਾਂਦੇ ਮੈਨੂੰ ਤਾਂ ਨਾ ਮੈਨੂੰ ਇਉਂ ਲੱਗਦਾ ਹੈਗਾ, ਕਿਉਂਕਿ ਇਸ ਮੁਤਲਕ ਗੱਲਬਾਤ ਪਿਛਲੇ ਦਿਨੀ ਚੱਲ ਰਹੀ ਸੀਗੀ, ਐਡਵੋਕੇਟ ਸਿਮਰਨਜੀਤ ਸਿੰਘ ਦੇ ਹੁਣਾਂ ਦੇ ਨਾਲ ਵੀ ਗੱਲਬਾਤ ਹੋਈ ਸੀਗੀ ਤੇ ਉਹ ਵੀ ਦੱਸ ਰਹੇ ਸੀਗੇ। ਸੋ ਸਾਰੀਆਂ ਗੱਲਾਂ ਬਾਤਾਂ ਤੋਂ ਮੈਨੂੰ ਇਉਂ ਲੱਗਦਾ ਹੈਗਾ ਕਿ ਹੁਣ ਤੁਸੀਂ ਜਿੱਦਾਂ ਜਾਣਾ ਹੈਗਾ, ਤੁਸੀਂ ਜਾ ਰਹੇ ਹੋ, ਮੈਨੂੰ ਲੱਗਦਾ ਕਿ ਤੁਹਾਨੂੰ ਉਹਨਾਂ ਨੇ ਡੈੱਡ ਬੋਡੀ ਦੇਣੀ ਤਾਂ ਹੈ ਨਹੀਂ ਆ, ਮੈਨੂੰ ਇਉਂ ਲੱਗਦਾ ਹੈਗਾ। ਬਾਕੀ ਮਾਨ ਸਾਹਿਬ ਨੇ ਜੋ ਲਿਖਿਆ ਹੈਗਾ, DC ਸਾਹਿਬ ਨਾਲ ਤੁਹਾਡੀ ਗੱਲਬਾਤ ਹੋਊਗੀ, ਉਸ ਤੋਂ ਬਾਅਦ ਹੀ ਸਾਰਾ ਕੁਝ ਪਤਾ ਲੱਗਣਾ। ਪਰ ਜੇ ਤੁਹਾਨੂੰ ਬੋਡੀ ਨਹੀਂ ਦਿੱਤੀ ਜਾਂਦੀ, ਜੇ ਪਰਿਵਾਰ ਨੂੰ ਵੀ ਉਹਨਾਂ ਨੇ ਲਾਂਭੇ ਕਰ ਲਿਆ ਜਿੱਦਾਂ ਤੁਸੀਂ ਕਹਿ ਗਏ ਪੁਲਿਸ ਨੇ ਚੱਕ ਲਿਆ ਸੀਗਾ, ਤੇ ਪਰਿਵਾਰ ਵੀ ਸਾਹਮਣੇ ਨਹੀਂ ਆਉਂਦਾ, ਤਾਂ ਫਿਰ ਅਗਲਾ ਪ੍ਰੋਗਰਾਮ ਕੀ ਹੋਊਗਾ? ਫਿਰ ਜੀ ਪਾਰਟੀ ਫੈਸਲਾ ਕਰੂਗੀ, ਸਰਦਾਰ ਮਾਨ ਸਾਹਿਬ ਸਾਰੀ PSC ਦੇ ਨਾਲ ਮੀਟਿੰਗ ਕਰਨਗੇ, ਫਿਰ ਅਸੀਂ ਜਥੇਬੰਦਕ ਤੌਰ ਤੇ ਇਕੱਠੇ ਹੋਵਾਂਗੇ। ਇਹ ਮਸਲਾ ਠੰਡਾ ਨਹੀਂ ਪੈਣਾ ਜੀ, ਜੀ ਜ਼ਰੂਰ, ਸਰੀਰ ਇਸ ਤਰ੍ਹਾਂ ਨਹੀਂ ਰੁਲ ਕੇ ਸੜਨ ਨਹੀਂ ਦੇਵਾਂਗੇ ਸਿੰਘ ਦਾ ਜੀ। ਪਰਿਵਾਰ ਕੋਲ ਜੇ DC ਸਾਨੂੰ ਕੋਈ ਨਾ ਜਵਾਬ ਦਊ, ਕੋਈ ਨਾ ਦਿੱਤਾ ਤਾਂ ਅਸੀਂ ਪਰਿਵਾਰ ਤੱਕ ਪਹੁੰਚ ਕਰਾਂਗੇ, ਮੁੜਦੇ ਨਹੀਂ ਜੀ। ਜੀ ਜੀ ਜ਼ਰੂਰ ਲਾਵਾਂਗੇ ਜ਼ਰੂਰ, ਕਿਉਂਕਿ ਪਰਿਵਾਰ ਦੇ ਵਿੱਚ ਮੈਨੂੰ ਲੱਗਦਾ ਕਿ ਬਹੁਤ ਜੀ ਹੈਗੇ ਉਹਨਾਂ ਦੇ, ਪਰਿਵਾਰ ਦੇ ਵਿੱਚ ਤਾਂ ਕੋਈ ਵੀ ਚਾਚਾ ਤਾਇਆ ਕੋਈ ਵੀ ਜਿਹੜਾ ਬਲੱਡ ਰਿਲੇਸ਼ਨ ਜਿਹੜਾ ਹੋਵੇ ਨਾ ਉਹਨਾਂ ਦੇ ਨਾਲ ਕੋਈ ਵੀ ਆ ਸਕਦਾ ਸਾਹਮਣੇ, ਏਦਾਂ ਵੀ ਪਤਾ ਲੱਗਾ ਮੈਨੂੰ। ਬਿਲਕੁਲ ਜੀ, ਅਸੀਂ ਉਹਨੂੰ ਪਰਿਵਾਰ ਨੂੰ ਹੌਸਲਾ ਦੇਵਾਂਗੇ ਕਿ ਤੁਹਾਡੇ ਨਾਲ ਆ, ਤੁਸੀਂ ਘਬਰਾਓ ਨਾ ਜੀ, ਉਹਨਾਂ ਨੂੰ ਡਰਾਇਆ ਗਿਆ, ਉਹਨਾਂ ਨੂੰ ਧਮਕਾਇਆ ਗਿਆ ਕਿ ਇਸ ਤਰ੍ਹਾਂ ਸਿੱਖ ਕੌਮ ਕਦੀ ਡਰਦੀ ਤੇ ਕਦੀ ਇਸ ਤਰ੍ਹਾਂ ਚੁੱਪ ਕਰਕੇ ਬੈਠਦੀ ਨਹੀਂ ਜੀ, ਇਸ ਤਰ੍ਹਾਂ ਦਾ ਕੋਈ ਵਰਤਾਰਾ ਨਹੀਂ ਵਰਤਣ ਦੇਵਾਂਗੇ, ਅਸੀਂ ਯਤਨ ਕਰਦੇ ਪਏ ਆ ਜੋ ਸਾਡੇ ਜਿੰਨੇ ਜੋਗੇ ਅਸੀਂ ਆਪਦੀ ਗੱਲ ਤੇ ਕਾਇਮ ਤੇ ਖੜੇ ਆ ਜੀ। ਜ਼ਰੂਰ ਜ਼ਰੂਰ ਗੋਪਾਲਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਰੁਝੇਵੇਂ 'ਚੋਂ ਸਮਾਂ ਕੱਢਿਆ ਅਤੇ ਸਾਡੀਆਂ ਸੰਗਤਾਂ ਨੂੰ ਜਾਣਕਾਰੀ, ਕਿਉਂਕਿ ਬਹੁਤ ਸਾਰੇ ਲੋਕ ਜਾਣਨਾ ਚਾਹੁੰਦੇ ਸੀਗੇ ਤਾਜ਼ਾ ਅਪਡੇਟ ਕੀ ਹੈਗੀ ਆ, ਤੁਸੀਂ ਜਾਣਕਾਰੀ ਦਿੱਤੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸੋ ਦਰਸ਼ਕੋ, ਇਹ ਸਨ ਭਾਈ ਬਲਵੰਤ ਸਿੰਘ ਜੀ ਗੋਪਾਲਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਮਿਲ ਕੇ ਅਤੇ ਅੱਜ ਕੱਲ੍ਹ ਸੇਵਾਵਾਂ ਨਿਭਾ ਰਹੇ ਹੈਗੇ ਆ। ਉਹਨਾਂ ਦਾ ਕਹਿਣਾ ਹੈਗਾ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਹੁਣਾਂ ਨੇ ਸਾਨੂੰ ਆਪਣੇ ਲੈਟਰ ਹੈਡ ਦੇ ਉੱਪਰ ਕੁਛ ਲਿਖ ਕੇ ਦਿੱਤਾ ਹੈਗਾ, ਹਰਿਦੁਆਰ ਦੇ DC ਦੇ ਨਾਮੇ, UP ਦੇ ਵਿੱਚ ਉੱਤਰਾਖੰਡ ਆਪਾਂ ਸਾਰੇ ਜਾਣਦੇ ਹਾਂ ਪਿਛਲੇ ਦਿਨਾਂ ਦੇ ਵਿੱਚ ਜੋ ਵੀ ਘਟਨਾ ਵਾਪਰੀ ਹੈਗੀ ਆ, ਤੋ ਆਮ ਕਰਕੇ ਆਪਾਂ ਸਾਰੇ ਜਣ ਜਾਣਦੇ ਹਾਂ ਕਿ ਪੁਲਿਸ ਵੱਲੋਂ ਜਦੋਂ ਕੋਈ ਵੀ ਇੱਦਾਂ ਦੀ ਬੋਡੀ ਪੁਲਿਸ ਦੇ ਹੱਥ ਹੁੰਦੀ ਹੈ, ਭਾਵੇਂ ਕੋਈ ਰਾਸਤੇ ਦੇ ਵਿੱਚ ਕਿਸੇ ਦਾ ਐਕਸੀਡੈਂਟ ਹੋਇਆ ਹੋਵੇ, ਤਾਂ ਉਹ ਜਿਹੜੀ ਬੋਡੀ ਹੈਗੀ ਆ ਮੋਰਚਰੀ ਵਿੱਚ ਰੱਖ ਦਿੱਤੀ ਜਾਂਦੀ ਆ ਸਰਕਾਰੀ ਹੋਸਪਿਟਲ ਦੇ ਅੰਦਰ, ਅਤੇ 72 ਘੰਟੇ ਦਾ ਫਿਰ ਸਮਾਂ ਦਿੱਤਾ ਜਾਂਦਾ ਹੁੰਦਾ ਵੀ ਤੁਸੀਂ 72 ਘੰਟਿਆਂ ਦੇ ਵਿੱਚ ਸ਼ਨਾਖਤ ਕਰਨ ਦੇ ਵਾਸਤੇ ਪਰਿਵਾਰਕ ਮੈਂਬਰ ਜਾਂ ਕੋਈ ਹੋਰ ਰਿਸ਼ਤੇਦਾਰ ਸਾਹਮਣੇ ਆ ਜਾਵੇ, ਜੇ ਕੋਈ ਸਾਹਮਣੇ ਨਾ ਆਵੇ ਤਾਂ ਫਿਰ ਉਸ ਮ੍ਰਿਤਕ ਦੇਹ ਦਾ ਪੁਲਿਸ ਦੇ ਵੱਲੋਂ ਸੰਸਕਾਰ ਕਰ ਦਿੱਤਾ ਜਾਂਦਾ ਹੁੰਦਾ, ਇੱਦਾਂ ਦੀ ਗੱਲ ਹੁੰਦੀ ਹੈ। ਇਹ ਵਕੀਲ ਸਾਹਿਬ ਦੱਸਦੇ ਸੀਗੇ, ਮੇਰੀ ਉਹਨਾਂ ਨਾਲ ਗੱਲਬਾਤ ਹੋਈ ਸੀਗੀ, ਤੁਹਾਡੇ ਵਿੱਚ ਬਹੁਤ ਸਾਰੇ ਸੱਜਣ ਜਾਣਦੇ ਹੋਣਗੇ ਅਤੇ ਕਈ ਹੋ ਸਕਦਾ ਨਾ ਜਾਣਦੇ ਹੋਣ, ਕਈਆਂ ਨੂੰ ਇਹ ਲੱਗਦਾ ਹੋਊਗਾ ਕਿ ਜੇ ਪਰਿਵਾਰ ਨਹੀਂ ਤਾਂ ਕੋਈ ਵੀ ਜਾ ਕੇ ਬੋਡੀ ਲੈ ਕੇ ਸੰਸਕਾਰ ਕਰ ਸਕਦਾ ਹੈਗਾ, ਅਤੇ ਇੱਦਾਂ ਨਹੀਂ ਹੁੰਦਾ ਹੈਗਾ, ਹੋ ਸਕਦਾ ਇੱਦਾਂ ਹੋ ਵੀ ਸਕਦਾ ਹੋਵੇ ਕਿਸੇ ਨਾ ਕਿਸੇ ਕਾਨੂੰਨੀ ਨੁਕਤੇ ਨਿਗਾਹ ਤੋਂ ਕੋਰਟ ਦੇ ਰਾਹੀਂ ਇਹ ਕਹਿ ਕੇ, ਹੁਣ ਜੇ ਕਿਸੇ ਦੇ ਪਰਿਵਾਰ ਦਾ ਕੋਈ ਜੀ ਹੋਊਗਾ ਹੀ ਨਹੀਂ ਤਾਂ ਇਹਦਾ ਮਤਲਬ ਫਿਰ ਉਹਦਾ ਸੰਸਕਾਰ ਕਿੱਦਾਂ ਹੋਊਗਾ, ਉਹਦਾ ਵੀ ਸੰਸਕਾਰ ਦਾ ਕੋਈ ਨਾ ਕੋਈ ਢੰਗ ਤਰੀਕਾ ਹੋਊਗਾ, ਕਾਨੂੰਨੀ ਜਿਹੜੇ ਮਾਹਰ ਹੈਗੇ ਨੇ ਉਹ ਇਸ ਮੁਤਲਕ ਵਧੀਆ ਗੱਲ ਦੱਸ ਸਕਦੇ ਨੇ। ਸੋ ਦੇਖਦੇ ਹਾਂ ਕਿ ਭਾਈ ਬਲਵੰਤ ਸਿੰਘ ਗੋਪਾਲਾ ਹੁਣੀ ਹੁਣ ਸਰਦਾਰ ਸਿੰਘ ਮਾਨ ਹੁਣਾਂ ਦਾ ਲੈਟਰ ਲੈ ਕੇ ਉੱਥੇ ਨੂੰ ਗਏ ਹੋਏ ਨੇ ਉੱਤਰਾਖੰਡ ਨੂੰ ਅਤੇ DC ਹਰਿਦੁਆਰ ਨੂੰ, ਉਸ ਤੋਂ ਬਾਅਦ ਦੇਖਦੇ ਹਾਂ ਕਿ ਤਾਜ਼ਾ ਅਪਡੇਟ ਕੀ ਆਉਂਦੀ ਹੈਗੀ ਆ, ਜੋ ਵੀ ਗੱਲਬਾਤ ਨਵੀਂ ਹੋਊਗੀ ਤੁਹਾਡੇ ਸਾਹਮਣੇ ਆਪਾਂ ਜ਼ਰੂਰ ਰੱਖਾਂਗੇ। ਬਹੁਤ ਬਹੁਤ ਧੰਨਵਾਦ।